ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ। ਸੂਬੇ ਦੇ ਵਿੱਚ ਜਦੋਂ ਵੀ ਕੋਈ ਮੰਦਭਾਗੀ ਘਟਨਾ ਹੁੰਦੀ ਹੈ ਤਾਂ ਸਵਾਲ ਉੱਠਦੇ ਨੇ ਸਰਕਾਰ ਤੇ, ਅਤੇ ਬਟਾਲਾ ਦੇ ਵਿੱਚ ਜੋ ਪਟਾਕਾ ਫੈਕਟਰੀ ਦੇ ਵਿੱਚ ਵੱਡਾ ਧਮਾਕਾ ਹੋਇਆ ਅਤੇ ਕਈ ਜਾਨਾਂ ਗਈਆਂ ਨੇ, ਉਸ ਨੂੰ ਲੈ ਕੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਵੱਡੇ ਸਵਾਲ ਉੱਠਣ ਲੱਗੇ ਨੇ। ਪਰ ਸਰਕਾਰ ਦੇ ਇੱਕ ਮੰਤਰੀ ਨੇ ਆਪਣੀ ਸਰਕਾਰ ਦੀ ਗਲਤੀ ਮੰਨ ਲਈ ਹੈ। ਉਸ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਕਿ ਵਿਰੋਧੀਆਂ ਦਾ ਕੀ ਕਹਿਣਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਤਾਂ ਸਰਕਾਰ ਨਾਂ ਦੀ ਚੀਜ਼ ਹੀ ਨਹੀਂ ਹੈ। ਅਸਲ ਜਿਹੜੇ ਪਤਾ ਇਹ ਲਾਜ ਵਗੈਰਾ ਹੈ ਨਾ, ਪਟਾਕੇ ਬਣਾਉਣੇ, ਕਿਦੋਂ ਦਿਵਾਲੀ ਹੈ ਹੁਣ ਇੰਨੇ ਪਟਾਕੇ ਬਣਾਈ ਜਾਂਦੇ ਹੈ। ਪਹਿਲਾਂ ਸੋਚਣਾ ਹੀ ਚਾਹੀਦਾ ਨਾ ਕਿ ਇੰਨਾ ਸਟਾਫ ਜੇ ਹੋਏਗਾ, ਜੇ ਉਹਦੀ ਛੋਟਾ ਕਣਕ ਲੱਗ ਗਈ ਤਾਂ ਕੀ ਅਸਰ ਹੋਏਗਾ। ਸੇਫਟੀ ਮੇਜਰਸ ਲੈਣੇ ਚਾਹੀਦੇ ਹੈ ਜਿਹੜੇ ਕਿ ਨਹੀਂ ਲਏ ਗਏ, ਕਿਸੇ ਨੇ ਸੋਚਿਆ ਹੀ ਨਹੀਂ। ਦਰਅਸਲ ਤਾਂ ਜੀ ਅੱਜ ਪੰਜਾਬ 'ਚ ਕੋਈ ਸਰਕਾਰ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵੀ ਇਸ ਕਾਂਡ ਦੇ ਲਈ ਸਿੱਧੇ ਤੌਰ 'ਤੇ ਸਰਕਾਰ ਨੂੰ ਜ਼ਿੰਮੇਵਾਰ ਦੱਸਦੀ ਦਿਖਾਈ ਦਿੰਦੀ ਹੈ। ਭਾਜਪਾ ਦੇ ਨੇਤਾ ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਅਣਗਹਿਲੀਆਂ ਦਾ ਹੀ ਇਹ ਨਤੀਜਾ ਹੈ ਜੋ ਇੰਨਾ ਵੱਡਾ ਕਾਂਡ ਪੰਜਾਬ ਦੇ ਵਿੱਚ ਹੋ ਗਿਆ। ਇਹ ਆਬਾਦੀ ਦੇ ਵਿੱਚ ਇਲੀਗਲ ਫੈਕਟਰੀ ਜਿਹੜੀ ਚੱਲਦੀ ਪਈ ਸੀ, ਬਿਨਾਂ ਸ਼ੱਕ ਕੋਈ ਲਾਇਸੈਂਸ ਲਿਆ ਵੀ ਹੋਵੇ ਉਹਨਾਂ ਨੇ, ਪਰ ਆਬਾਦੀ ਦੇ ਵਿੱਚ ਇਹ ਬਰੂਦ ਦੀ ਫੈਕਟਰੀ ਚੱਲ ਹੀ ਨਹੀਂ ਸਕਦੀ। ਉੱਥੇ ਪਟਾਕੇ ਬਣਾਉਣ ਵਾਲੀ ਫੈਕਟਰੀ ਕਿਉਂ ਗਏ? ਅਸੀਂ ਵੇਖਦੇ ਹਾਂ ਕਿ ਜਦੋਂ ਦਿਵਾਲੀ ਦੇ ਉੱਤੇ ਛੋਟੀਆਂ ਛੋਟੀਆਂ ਦੁਕਾਨਾਂ ਲੱਗਣੀਆਂ ਹੁੰਦੀਆਂ, ਉਹਨਾਂ ਨੂੰ ਸ਼ਹਿਰ ਤੋਂ ਆਬਾਦੀ ਤੋਂ ਦੂਰ ਜਿਹੜੀ ਹੈ ਜਗ੍ਹਾ ਅਲੋਟ ਕਰਦੇ ਆ, ਉਹਨਾਂ ਨੂੰ ਕਿੰਨੀਆਂ ਜਿਹੜੀਆਂ ਵਾ ਉਹ ਇੰਸਟਰਕਸ਼ਨ ਹੁੰਦੀਆਂ ਵਾ ਕਿ ਉਹ ਇੰਨੀ ਇੰਨੀ ਦੂਰੀ 'ਤੇ ਬਣਾਉਣ, ਫਿਰ ਫਾਇਰ ਬ੍ਰਿਗੇਡ ਉੱਥੇ ਖੜ੍ਹੀ ਹੁੰਦੀ ਆ ਉਨੇ ਦਿਨ, ਹੋਰ ਕਿੰਨੇ ਪ੍ਰਬੰਧ ਕੀਤੇ ਹੁੰਦੇ ਆ ਅੱਗ ਬੁਝਾਉਣ ਵਾਲੇ। ਅਤੇ ਜਿੱਥੇ ਇੰਨਾ ਮਣਾ ਮੂੰਹ ਬਰੂਦ ਪਿਆ ਸੀ, ਉੱਥੋਂ ਦੀ ਕਿਸੇ ਨੇ ਸੁੱਧ ਨਹੀਂ ਲਈ ਕਿਸੇ ਪ੍ਰਸ਼ਾਸਨ ਨੇ, ਇਹ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਉੱਥੇ ਚੱਲਣ ਦਿੱਤੀ ਆ, ਇਹ ਸਵਾਲੀਆ ਨਿਸ਼ਾਨ ਹੈ ਸਰਕਾਰ 'ਤੇ। ਅਤੇ ਇਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਸਰਕਾਰ ਦੀ ਆ, ਨਾ ਕਿ ਮਾਲਕਾਂ ਦੀ ਆ। ਮਾਲਕਾਂ ਦੇ ਉੱਤੇ ਜੋ ਫੈਸ ਬਣਦਾ ਉਹ ਤਾਂ ਹੋਊਗਾ ਹੀ ਜਿਹੜੇ ਚਲਾਉਂਦੇ ਪਏ ਸੀ, ਪਰ ਜਿਹੜੇ ਗਰੀਬ ਆਦਮੀ ਮਾਰੇ ਗਏ ਆ ਉੱਥੇ, ਇਹ ਜਿਹੜਾ ਨੁਕਸਾਨ ਹੋਇਆ ਵਾ ਇਹ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ। ਲਾਗੇ ਸਕੂਲ ਵੀ ਸੀ, ਪਰ ਚਲੋ ਕੁਦਰਤ ਨੇ ਉਹਨਾਂ ਬੱਚਿਆਂ ਦੀ ਜਿਹੜਾ ਵਾ ਉਹ ਨੁਕਸਾਨ ਬਚਾ ਲਿਆ। ਅਤੇ ਐਡਾ ਵੱਡਾ ਹਾਦਸਾ ਜਿਹੜਾ ਆਬਾਦੀ ਦੇ ਵਿੱਚ ਇਹ ਬਰੂਦ ਫੜਨ ਨਾਲ ਹੋਇਆ, ਇਹਦੀ ਟੋਟਲ ਜ਼ਿੰਮੇਵਾਰੀ ਸਰਕਾਰ ਦੀ ਆ। ਵਿਰੋਧੀ ਪਾਰਟੀਆਂ ਦੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਸਰਕਾਰ ਵਿੱਚ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਕਹਿਣਾ ਹੈ ਕਿ ਅਸੀਂ ਮੰਨਦੇ ਹਾਂ ਕਿ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ, ਪਰ ਪਹਿਲਾਂ ਅਸੀਂ ਅਣਗਹਿਲੀ ਵਰਤਦੇ ਹਾਂ ਅਤੇ ਉਸ ਤੋਂ ਬਾਅਦ ਜਦੋਂ ਕੋਈ ਅਜਿਹੀ ਦੁਖਦਾਈ ਘਟਨਾ ਹੋ ਜਾਂਦੀ ਹੈ ਤਾਂ ਬਾਅਦ ਵਿੱਚ ਸਾਨੂੰ ਪਛਤਾਉਣਾ ਪੈਂਦਾ ਹੈ। ਦੇਖੋ ਗੱਲ ਆ, ਇਨਫੋਰਮੇਸ਼ਨ ਤਾਂ ਆਉਂਦੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਇਗਨੋਰ ਕਰੀਏ ਕਿ ਇਨਫੋਰਮੇਸ਼ਨ ਨਹੀਂ, ਪਰ ਸਾਡਾ ਸਿਸਟਮ ਇਹੋ ਜਿਹਾ, ਸਿਸਟਮ ਇਹੋ ਜਿਹਾ, ਬਾਅਦ 'ਚ ਅਸੀਂ ਪਛਤਾਉਂਦੇ ਹਾਂ, ਪਹਿਲੋਂ ਅਸੀਂ ਘੱਟ ਧਿਆਨ ਦਿੰਦੇ ਹਾਂ। ਸੋ ਮੈਂ ਸਮਝਦਾ ਬੜਾ ਵੱਡਾ ਜਿਹੜਾ ਇਹ ਬੜਾ ਵੱਡਾ ਜਿਹੜਾ ਘਟਨਾ ਜਿਹੜੀ ਵਾਪਰੀ ਆ, ਇਹਦੇ ਬਾਰੇ ਹੁਣ ਜਿਹੜਾ ਸਾਡੀਆਂ 23 ਦੇ ਕਰੀਬ ਜਾਨਾਂ ਗਈਆਂ ਨੇ, ਇੰਨੇ ਇੰਜਨ ਹੋਏ ਨੇ। ਸੋ ਪਹਿਲੋਂ ਸਭ ਤੋਂ ਵੱਡੀ ਹੁਣ ਜਿਹੜੀ ਗੱਲ ਆ, ਸਾਨੂੰ 4 ਦਰਜਨ ਦੇ ਇਹਦੇ ਤੋਂ ਜ਼ਿਆਦਾ ਸ਼ਾਇਦ ਹੋਣ, ਉਹਨਾਂ ਨੂੰ ਬਚਾਉਣ ਦੀ ਲੋੜ। ਓਪੀ ਸੋਨੀ ਸਿਰਫ ਪੰਜਾਬ ਸਰਕਾਰ ਦੇ ਵਿੱਚ ਅਜਿਹੇ ਮੰਤਰੀ ਨੇ ਜਾਂ ਫਿਰ ਕਹਿ ਸਕਦੇ ਹਾਂ ਕਿ ਸਾਰੀ ਕਾਂਗਰਸ ਪਾਰਟੀ ਦੇ ਵਿੱਚ ਅਜਿਹੇ ਲੀਡਰ ਨੇ ਜੋ ਆਪਣੀ ਸਰਕਾਰ ਦੀ ਗਲਤੀ ਵੀ ਮੰਨ ਲੈਂਦੇ ਨੇ, ਨਹੀਂ ਤਾਂ ਕੋਈ ਵੀ ਮੰਤਰੀ ਅਤੇ ਕੋਈ ਵੀ ਲੀਡਰ ਅਜਿਹੀ ਗੱਲ ਕਬੂਲਦਾ ਦਿਖਾਈ ਨਹੀਂ ਦਿੰਦਾ। ਸਾਰੇ ਇਹੀ ਕਹਿੰਦੇ ਨੇ ਕਿ ਅਜਿਹੇ ਮੌਕੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ, ਬਹੁਤ ਦੁਖਦਾਈ ਘਟਨਾ ਹੋਈ ਹੈ। ਪਰ ਇਹ ਬਿਆਨ ਸਿਰਫ ਉਦੋਂ ਆਉਂਦਾ ਜਦੋਂ ਸੱਤਾ ਪੱਖ ਵਿੱਚ ਹੁੰਦੇ ਨੇ, ਜਦੋਂ ਉਹੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਹੁੰਦੀ ਹੈ ਉਦੋਂ ਉਹ ਵੀ ਸਿਆਸਤ ਕਰਦੇ ਦਿਖਾਈ ਦਿੰਦੇ ਨੇ, ਸਰਕਾਰ 'ਤੇ ਇਲਜ਼ਾਮ ਲਾਉਂਦੇ ਦਿਖਾਈ ਦਿੰਦੇ ਨੇ। ਪਰ ਓਪੀ ਸੋਨੀ ਅਜਿਹੇ ਮੰਤਰੀ ਅਜਿਹੇ ਕਾਂਗਰਸ ਪਾਰਟੀ ਦੇ ਲੀਡਰ ਨੇ ਜੋ ਬੇਬਾਕ ਹੋ ਕੇ ਆਪਣੀ ਗੱਲ ਕਹਿ ਦਿੰਦੇ ਨੇ, ਬਿਲਕੁਲ ਵੀ ਨਹੀਂ ਝਿਜਕਦੇ। ਇੱਥੇ ਵੀ ਉਹ ਆਪਣੀ ਸਰਕਾਰ ਦੀ ਨਾਕਾਮੀ ਨੂੰ ਕਬੂਲ ਕਰਦੇ ਦਿਖਾਈ ਦਿੱਤੇ ਕਿ ਇਨਫੋਰਮੇਸ਼ਨ ਬਹੁਤ ਆਉਂਦੀ ਹੈ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਅਜਿਹਾ ਕੁਝ ਚੱਲ ਰਿਹਾ, ਅਜਿਹੀ ਫੈਕਟਰੀ ਚੱਲ ਰਹੀ ਹੈ ਜੋ ਕਿ ਨਹੀਂ ਚੱਲਣੀ ਚਾਹੀਦੀ, ਜੋ ਕਿ ਕਾਨੂੰਨਾਂ ਦੀ ਉਲੰਘਣਾ ਹੈ। ਪਰ ਫਿਰ ਵੀ ਅਸੀਂ ਪਹਿਲਾਂ ਅਣਗਹਿਲੀ ਵਰਤਦੇ ਹਾਂ, ਜਦੋਂ ਅਜਿਹਾ ਕਾਂਡ ਹੋ ਜਾਂਦਾ, ਘਟਨਾ ਹੋ ਜਾਂਦੀ ਹੈ, ਉਸ ਤੋਂ ਬਾਅਦ ਪਛਤਾਉਣ ਤੋਂ ਇਲਾਵਾ ਸਾਡੇ ਕੋਲ ਕੁਝ ਵੀ ਨਹੀਂ ਬਚਦਾ। ਪਰ ਵਿਰੋਧੀ ਪਾਰਟੀਆਂ ਨੇ ਸਰਕਾਰ 'ਤੇ ਸਵਾਲ ਇਸ ਲਈ ਵੀ ਚੁੱਕੇ ਨੇ ਕਿਉਂਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ, ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਕਿਸੇ ਵੀ ਤਣ ਪੱਤਣ ਨਹੀਂ ਲਾਇਆ ਜਾ ਸਕਿਆ। ਹਰ ਵਾਰ ਜਾਂਚ ਦੇ ਆਰਡਰ ਕਰ ਦਿੱਤੇ ਜਾਂਦੇ ਨੇ, ਇਸ ਵਾਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ, ਪਰ ਇਸ ਦਾ ਵੀ ਕੋਈ ਸਿੱਟਾ ਨਿਕਲੇਗਾ, ਲੋਕਾਂ ਨੂੰ ਦੱਸਿਆ ਜਾਏਗਾ ਕਿ ਆਖਿਰ ਦੋਸ਼ੀ ਕੌਣ ਸੀ ਅਤੇ ਉਸਨੂੰ ਸਜ਼ਾ ਕਿਹੜੀ ਦਿੱਤੀ ਗਈ ਹੈ। ਇਹ ਲੱਗ ਨਹੀਂ ਰਿਹਾ ਕਿਉਂਕਿ ਪਹਿਲਾਂ ਵੀ ਬੜੀਆਂ ਜਾਂਚਾਂ ਕਰਵਾਈਆਂ ਗਈਆਂ ਨੇ, ਕਿਸੇ ਦਾ ਕੋਈ ਨਾ ਤਾਂ ਸਿੱਟਾ ਨਿਕਲਿਆ ਅਤੇ ਨਾ ਹੀ ਲੋਕਾਂ ਨੂੰ ਦੱਸਿਆ ਗਿਆ ਕਿ ਉਸ ਦੇ ਵਿੱਚ ਜ਼ਿੰਮੇਵਾਰ ਕੌਣ ਸੀ, ਉਸਨੂੰ ਕਿੰਨੀ ਸਜ਼ਾ ਹੋਈ ਹੈ। ਜਦਕਿ ਲੋਕਾਂ ਦਾ ਹੱਕ ਬਣਦਾ ਹੈ ਕਿ ਜੇਕਰ ਕੋਈ ਅਜਿਹੀ ਘਟਨਾ ਹੋਈ ਹੈ ਤਾਂ ਲੋਕਾਂ ਨੇ ਸਰਕਾਰ ਚੁਣੀ ਹੈ, ਸਰਕਾਰ ਦੀ ਜਵਾਬਦੇਹੀ
ਜਿਹੜੀ ਲੋਕਾਂ ਦੇ ਪ੍ਰਤੀ ਹੁੰਦੀ ਹੈ। ਦੱਸਣਾ ਚਾਹੀਦਾ ਹੈ ਕਿ ਇਸ ਘਟਨਾ ਦੇ ਪਿੱਛੇ ਕੌਣ ਸੀ ਅਤੇ ਉਸਨੂੰ ਕਿੰਨੀ ਸਜ਼ਾ ਹੋਈ ਹੈ। ਜੇਕਰ ਕਿਸੇ ਨੂੰ ਸਜ਼ਾ ਹੋਏਗੀ ਤਾਂ ਦੂਜੇ ਵੀ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ ਉਹ ਵੀ ਫਿਰ ਅੱਗੇ ਤੋਂ ਅਜਿਹੇ ਕੰਮ ਨਹੀਂ ਕਰਨਗੇ। ਪਰ ਓਪੀ ਸੋਨੀ ਨੇ ਜਿਸ ਤਰ੍ਹਾਂ ਆਪਣੀ ਸਰਕਾਰ ਦੀ ਨਾਕਾਮੀ ਕਬੂਲ ਲਈ ਹੈ, ਕਿਤੇ ਉਹਨਾਂ 'ਤੇ ਵੀ ਕੋਈ ਕਾਰਵਾਈ ਤਾਂ ਨਹੀਂ ਹੋਏਗੀ? ਪਹਿਲਾਂ ਵੀ ਉਹਨਾਂ ਕੋਲੋਂ ਸਿੱਖਿਆ ਮੰਤਰਾਲਾ ਖੋਲਿਆ ਗਿਆ ਸੀ, ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਵਾਲੀ ਗੱਲ ਹੋਏਗੀ। ਪਰ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ, ਪੰਜਾਬ ਦੇ ਲੋਕਾਂ ਤੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਸੀਂ ਓਪੀ ਸੋਨੀ ਦੀ ਇਸ ਗੱਲ ਦੇ ਨਾਲ ਸਹਿਮਤ ਹੋ? ਤੁਹਾਨੂੰ ਲੱਗਦਾ ਹੈ ਕਿ ਸੱਚਮੁੱਚ ਹੀ ਸਰਕਾਰ ਪਹਿਲਾਂ ਅਣਗਹਿਲੀਆਂ ਵਰਤਦੀ ਹੈ ਅਤੇ ਜਦੋਂ ਕੋਈ ਅਜਿਹੀ ਦੁਖਦਾਈ ਘਟਨਾ ਹੋ ਜਾਂਦੀ ਹੈ ਤਾਂ ਫਿਰ ਪਛਤਾਉਣ ਤੋਂ ਇਲਾਵਾ ਕੁਝ ਵੀ ਨਹੀਂ ਬਚਦਾ? ਇਸ ਬਾਰੇ ਤੁਹਾਡੀ ਜੋ ਵੀ ਰਾਏ ਹੈ ਇਸ ਖਬਰ 'ਤੇ ਕਮੈਂਟ ਕਰਕੇ ਆਪਣੀ ਰਾਏ ਖੁੱਲ੍ਹ ਕੇ ਬੇਵਾਕ ਹੋ ਕੇ ਜ਼ਰੂਰ ਦਿਓ। ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖ ਦੇਣਾ ਚਾਹੁੰਦੇ ਹੋ ਤਾਂ ਯੂਟਿਊਬ 'ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਵਾਲਾ ਬਟਨ ਜ਼ਰੂਰ ਦਬ ਲੈਣਾ। ਅਤੇ ਜੇਕਰ ਤੁਸੀਂ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਸਾਡਾ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ, ਤੁਸੀਂ ਬਣੇ ਰਹੋ ਦਾ ਪੰਜਾਬ ਟੀਵੀ ਦੇ ਨਾਲ। ਬਟਾਲੇ 'ਚ ਬੜੀ ਭਿਆਨਕ ਘਟਨਾ ਵਾਪਰੀ ਹੈ। ਇੱਕ ਪਟਾਕਾ ਫੈਕਟਰੀ ਜਿਹੜਾ ਬਲਾਸਟ ਹੋਇਆ ਜਿਹਦੇ ਨਾਲ 23 ਕੀਮਤੀ ਜਾਨਾਂ ਗਈਆਂ ਨੇ, ਨਾਲ 4 ਦਰਜਨ ਦੇ ਕਰੀਬ ਜਿਹੜੇ ਨੇ ਇੰਜਰਡ ਹੋਏ। ਮੈਂ ਸਮਝਣਾ ਬੜੀ ਦਿਲ ਨੂੰ ਹਿਲਾ ਦੇਣ ਵਾਲੀ ਇਹ ਘਟਨਾ ਹੋਈ ਹੈ। ਸੋ ਇਹ ਵੀ ਇਹ ਘਟਨਾ ਜਿਹੜੀਆਂ ਵਾਪਰਨੀਆਂ ਨਹੀਂ ਚਾਹੀਦੀਆਂ। ਹੁਣ ਦੇਖੋ ਰੈਜੀਡੈਂਸ਼ੀਅਲ ਏਰੀਏ 'ਚ ਪਟਾਕਾ ਫੈਕਟਰੀ ਸੀ, ਸੋ ਜਗ੍ਹਾ ਵੀ ਘੱਟ ਸੀ, ਉਹਦੇ ਕਰਕੇ ਐਡੀ ਵੱਡੀ ਘਟਨਾ ਵਾਪਰੀ ਆ। ਸੋ ਹੁਣ ਸਭ ਤੋਂ ਪਹਿਲਾਂ ਦੇ ਜਿਹੜੇ ਇੰਜਰਡ ਹੋਏ ਨੇ, ਜਿਹੜੀਆਂ ਕੀਮਤੀ ਜਾਨਾਂ ਚਲ ਗਈਆਂ ਨੇ, 23 ਕੀਮਤੀ ਜਾਨਾਂ ਗਈਆਂ ਨੇ, ਉਹਦੇ ਨਾਲ ਨਾਲ 4 ਦਰਜਨ ਦੇ ਕਰੀਬ ਜਿਹੜੇ ਇੰਜਰਡ ਹੋਏ ਨੇ, ਜਿਹੜੇ ਜ਼ਖਮੀ ਹੋਏ ਨੇ, ਬੜੇ ਸੀਰੀਅਸ ਨੇ ਪਏ। ਸਾਡੇ ਜਿਹੜੇ ਹੋਸਪਿਟਲ ਗੁਰੂ ਨਾਨਕ ਹੋਸਪਿਟਲ ਕੱਲ੍ਹ ਲੈ ਕੇ ਆਏ ਨੇ, 6 ਜਿਹੜੇ ਸੀ ਇੰਜਰਡ ਇੱਥੇ ਆਏ ਸੀਗੇ, ਉਹਨਾਂ 'ਚੋਂ 1 ਦੀ ਡੈਥ ਰਸਤੇ 'ਚ ਹੋ ਗਈ, 5 ਦਾ ਇਲਾਜ ਜਿਹੜਾ ਉਹ ਉੱਥੇ ਚੱਲ ਗਿਆ ICU 'ਚ ਨੇ, 3 ਪੇਸ਼ੈਂਟ ਜਿਹੜੇ ਬਹੁਤ ਸੀਰੀਅਸ ਨੇ ਉਹਨਾਂ ਦਾ ਇਲਾਜ ਤਾਂ ਚੱਲ ਰਿਹਾ, ਪਰਮਾਤਮਾ ਕਰੇ ਉਹ ਵੀ ਠੀਕ ਹੋ ਕੇ ਇੱਥੇ ਜਾਣ। ਹੋਰ ਵੀ 2 ਜਿਹੜੇ ਨੇ ਜਨਰਲ ਵਾਰਡ 'ਚ ਨੇ ਉਹ ਠੀਕ ਨੇ, ਉਹਨਾਂ ਦਾ ਵੀ ਇਲਾਜ ਚੱਲ ਰਿਹਾ। ਸੋ ਅੱਜ ਅਸੀਂ ਇੱਥੇ ਆਏ ਹਾਂ, ਸਰਕਾਰ ਵੱਲੋਂ CM ਸਾਹਿਬ ਨੇ ਆਪ ਵੀ ਆਉਣਾ, ਸ਼ਾਇਦ ਮੈਂ ਪੇਪਰ 'ਚ ਪੜ੍ਹ ਲਿਆ ਸੀ ਅੱਜ ਬਟਾਲੇ ਜਾਉਣਗੇ। ਉਹਨਾਂ ਨੇ 2 ਲੱਖ ਰੁਪਈਆ ਜਿਹੜੇ ਜਿਨ੍ਹਾਂ ਦੀ ਮੌਤ ਹੋ ਗਈ ਉਹਨਾਂ ਨੂੰ 2-2 ਲੱਖ ਰੁਪਈਆ ਉਹਨਾਂ ਦੇ ਘਰਦਿਆਂ ਨੂੰ ਉਹਨਾਂ ਨੇ ਅਨਾਊਂਸ ਕੀਤਾ। ਸੋ ਜਿਹੜਾ ਇਲਾਜ ਆ ਉਹ ਸਾਰਾ ਫ੍ਰੀ ਹੋਏਗਾ ਸਰਕਾਰ ਦਾ। ਹਾਂ ਜੀ, ਅਸੀਂ ਸਾਰਾ ਇਲਾਜ ਹੀ ਫ੍ਰੀ ਕਰ ਰਹੇ ਕਿਸੇ ਤਰ੍ਹਾਂ ਦੀ। ਮੈਂ ਕੱਲ੍ਹ ਹੀ ਕਹਿ ਦਿੱਤਾ ਸੀਗਾ ਸਾਰੇ ਆਪਣੇ ਡਾਕਟਰ ਸਮਾਨ ਨੂੰ, ਸਾਰੀਆਂ ਟੀਮਾਂ ਜਿਹੜੀਆਂ ਇੱਥੇ ਹਾਜ਼ਰ ਰਹੀਆਂ ਕੱਲ੍ਹ ਦੀਆਂ। ਸੋਨੀ ਸਾਹਿਬ, ਸੋਨੀ ਸਾਹਿਬ, ਬੜੀ ਅਫਸੋਸਜਨਕ ਗੱਲ ਹੈ, ਰੈਜੀਡੈਂਸ਼ੀਅਲ ਏਰੀਆ ਦੇ ਵਿੱਚ ਫੈਕਟਰੀ ਚੱਲ ਰਹੀ ਹੈ, ਕੀ ਸਰ ਸਰਕਾਰ ਦੇ ਕੋਲ ਇਹਦੀ ਕੋਈ ਇਨਫੋਰਮੇਸ਼ਨ ਨਹੀਂ? ਅਤੇ ਤੁਸੀਂ ਕਿਸੇ ਨੂੰ ਜਿਹੜੇ ਅਧਿਕਾਰੀ ਇਹਦੇ 'ਤੇ ਇਹਦੇ ਲਈ ਜ਼ਿੰਮੇਦਾਰ ਹੈ, ਕਿ ਉਹਨਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ, ਸਸਪੈਂਸ਼ਨ ਨਹੀਂ, ਕਿ ਉਹਨਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ? ਦੇਖੋ ਇਹ ਹੁਣ ਜਾਂਚ ਜਿਹੜੀ ਹੈ CM ਸਾਹਿਬ ਨੇ ਹੁਕਮ ਕਰਤੇ ਨੇ, ਇਹਦੇ 'ਚ ਸਾਰਾ ਕੁਝ ਵੇਖਿਆ ਜਾਏਗਾ। ਜੇ ਕਿਸੇ ਦਾ ਕੋਈ ਕਸੂਰ ਹੋਏਗਾ, ਕਿਸੇ ਲੈਵਲ 'ਤੇ ਕੋਈ ਗਲਤੀ ਪਾਈ ਜਾਏਗੀ, ਉਹਦੇ 'ਤੇ ਸਾਰਾ ਕੁਝ ਆ ਹੀ ਜਾਣਾ। ਗਲਤੀ ਸੋਨੀ ਸਾਹਿਬ ਜ਼ਾਹਿਰ ਹੈ, ਸਾਫ਼ ਹੈ, ਕਿਉਂਕਿ ਸੇਮ ਜਗ੍ਹਾ 'ਤੇ ਪਹਿਲਾਂ ਵੀ ਬਲਾਸਟ ਹੋਇਆ, ਉਸੇ ਜਗ੍ਹਾ 'ਤੇ ਫਿਰ ਬਲਾਸਟ ਹੋ ਰਿਹਾ, ਰੈਜੀਡੈਂਸ਼ੀਅਲ ਇਲਾਕੇ 'ਚ ਹੈ। ਪ੍ਰਸ਼ਾਸਨ ਦੀ, ਸਰਕਾਰ ਦੀ ਲਗਾਤਾਰ ਸਾਫ਼ ਜਿਹੜੀ ਨਹੀਂ ਲੱਗੀ ਸਾਹਮਣੇ, ਐਕਸ਼ਨ ਕਿਉਂ ਨਹੀਂ ਲਿਆ ਜਾਂਦਾ? ਦੇਖੋ ਗੱਲ ਹੈ, ਤੁਸੀਂ ਸਾਰੇ ਸਿਆਣੇ ਹੋ, ਜਾਣਦੇ ਹੋ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਰੈਜੀਡੈਂਸ਼ੀਅਲ ਏਰੀਆ 'ਚ ਹੈਗੀ ਸੀ। ਹੁਣ ਸਾਰਾ ਕੁਝ ਬਾਅਦ 'ਚੋਂ ਵੇਖਿਆ ਜਾਣਾ ਜੀ। ਬਹੁਤ ਵੱਡੀ, ਮੈਂ ਹੁਣੇ ਡੀ ਸੀ ਸਾਹਿਬ ਨਾਲ ਗੱਲ ਕਰ ਰਿਹਾ ਸੀਗਾ, ਮੈਂ ਹੁਣੇ ਰਸਤੇ 'ਚ ਮੈਂ ਤਾਂ ਡੀ ਸੀ ਸਾਹਿਬ ਗੱਲ ਕਰਕੇ ਆ ਰਹੇ ਸੀਗੇ। ਸੋ ਉਹਦੇ ਵਾਸਤੇ ਵੀ ਜੋ ਵੀ ਕਾਨੂੰਨ ਦੇ ਮੁਤਾਬਕ ਹੋਏਗਾ ਜਲਦੀ ਹੋਏਗਾ। ਸਰ, ਤੁਸੀਂ ਜਾਂਚ ਦੀ ਗੱਲ ਕੀਤੀ ਹੈ, ਜਾਂਚ ਤਾਂ ਰੇਲ ਹਾਦਸੇ ਦੀ ਵੀ ਨਹੀਂ ਹੋਈ ਸਰ, ਇਹ ਵੀ ਹੋ ਪਾਏਗੀ? ਨਹੀਂ ਨਹੀਂ, ਹੋਈ ਹੈ ਜੀ, ਹੋਈ ਕਿਉਂ ਨਹੀਂ ਗਿਆ, ਹੋਈ ਹੈ ਜੀ। ਵੇਖੋ ਲੋਕਾਂ ਨੂੰ, ਨੌਕਰੀਆਂ ਨੂੰ ਤਰਸਦੇ ਪਏ। ਵੇਖੋ ਗੱਲ ਆ, ਨੌਕਰੀਆਂ ਦੀ ਗੱਲ ਜਿਹੜੀ ਆ ਉਹ ਰੇਲਵੇ ਡਿਪਾਰਟਮੈਂਟ ਆ, ਤੁਹਾਨੂੰ ਪਤਾ ਰੇਲਵੇ ਡਿਪਾਰਟਮੈਂਟ ਨੇ ਵੇਖਣਾ ਸਰ।
ਸਰ ਤੁਸੀਂ ਕੋਈ ਡੀ ਸੀ ਸਾਹਿਬ ਰਿਪੋਰਟ ਮੰਗੀ ਹੈ ਅਨਗੜ੍ਹ ਦੇ ਮਾਮਲੇ 'ਚ ਵੀ ਇੰਨੀ ਦੇਰ 'ਚ ਕੁਛ ਕੋਈ ਟਾਈਮ ਫਰੇਮ ਕੀਤਾ ਸਰ ਵੀ ਇੰਨੀ ਦੇਰ 'ਚ ਕਰ ਅਕਸਰ ਕੀ ਹੁੰਦਾ ਸਰ ਕੰਪਲੀਟ ਹੋ ਜਾਂਦੀ ਅਕਸਰ ਕੀ ਹੁੰਦਾ ਵੀ ਜਾਂਚ ਦੇ ਆਦੇਸ਼ ਦੇ ਦਿੱਤੇ ਲਿਪਾਬੋਤੀ ਕਰਤੀ ਜਾਂਦੀ ਹੈ ਉਸ ਤੋਂ ਬਾਅਦ ਘਟਨਾ ਕੱਲ੍ਹ ਨਵੀਂ ਹੋ ਜਾਂਦੀ ਹੈ ਅਤੇ ਫਿਰ ਅਸੀਂ ਉਹ ਪੁਰਾਣੀ ਗੱਲ ਭੁੱਲ ਜਾਂਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਰ ਜੇ ਕੋਈ ਲੰਬੀ ਪੋਚੀ ਵਾਲਾ ਕੰਮ ਨਹੀਂ ਹੋਏਗਾ ਸਭ ਕੁਝ ਠੀਕ ਹੋਏਗਾ ਡੀ ਸੀ ਸਾਹਿਬ ਵੇਖ ਰਹੇ ਨੇ ਕਮਿਸ਼ਨਰ ਪੁਲਿਸ ਵੇਖ ਰਹੇ ਨੇ